ਚਿੱਟਾ ਲਾਉਣ ਤੋਂ ਰੋਕਣਾ ਪਿਆ ਮਹਿੰਗਾ। ਤੇਜ਼ਧਾਰ ਹਥਿਆਰਾਂ ਨਾਲ ਨਸ਼ੇੜੀ ਨੇ ਕੀਤਾ ਹਮਲਾ। ਦੱਸਦੇ ਕਿ ਨੌਜਵਾਨ ਨੂੰ ਚਿੱਟਾ ਲਾਉਣ ਤੋਂ ਰੋਕਿਆ ਤਾਂ ਉਸ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਤੇ 3 ਵਿਅਕਤੀ ਇਸ ਦੇ ਵਿੱਚ ਜ਼ਖਮੀ ਹੋਏ ਨੇ ਅਤੇ ਜਿਸ ਤੋਂ ਬਾਅਦ ਨਸ਼ੇੜੀਆਂ ਨੂੰ ਲੋਕਾਂ ਨੇ ਕੁੱਟਿਆ ਅਤੇ ਜ਼ਖਮੀਆਂ ਨੂੰ ਫਿਰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਦੱਸਦੇ ਕਿ ਮਾਮਲਾ ਲੁਧਿਆਣਾ ਦਾ, ਜਿੱਥੇ ਇੱਕ ਦੁਕਾਨਦਾਰ ਨੂੰ ਨੌਜਵਾਨ ਨੂੰ ਚਿੱਟਾ ਲਾਉਣ ਤੋਂ ਰੋਕਣਾ ਮਹਿੰਗਾ ਪੈ ਗਿਆ ਤੇ ਨਸ਼ੇ ਦੇ ਨੌਜਵਾਨਾਂ ਨੇ ਦੁਕਾਨਦਾਰ ਅਤੇ ਉਸਦੇ ਭਰਾ ਸਮੇਤ ਕੋਲ 3 ਵਿਅਕਤੀਆਂ ਦੀ ਜੰਮ ਕੇ ਕੁੱਟਮਾਰ ਕੀਤੀ। ਇਸ ਦੌਰਾਨ ਵਿਅਕਤੀ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਏ। ਉੱਥੇ ਰਾਹਗੀਰਾਂ ਵੱਲੋਂ ਨਸ਼ੇੜੀ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਇਹਨਾਂ 4 ਨੂੰ ਜ਼ਖਮੀ ਹਾਲਤ ਦੇ ਵਿੱਚ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ। ਦੱਸਦੇ ਕਿ ਪੀੜਿਤ ਵਿਅਕਤੀ ਨੇ ਦੱਸਿਆ ਕਿ ਉਹਨਾਂ ਦੇ ਦੁਕਾਨ ਅੱਗੇ ਕੁਝ ਨੌਜਵਾਨ ਚਿੱਟਾ ਲਗਾ ਰਹੇ ਸੀ ਤੇ ਮਗਰ ਜਦੋਂ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਚਿੱਟਾ ਲਗਾਉਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਬੁਰੀ ਤਰੀਕੇ ਨਾਲ ਜ਼ਖਮੀ ਹੋ ਜਾਂਦੇ ਨੇ। ਇਸੇ ਦੌਰਾਨ ਉੱਥੋਂ ਨਿਕਲ ਰਹੇ ਕੁਝ ਰਾਹਗੀਰਾਂ ਨੇ ਇਹਨਾਂ ਨਸ਼ੇੜੀਆਂ ਦੇ ਚੰਗਲ ਤੋਂ ਉਹਨਾਂ ਨੂੰ ਬਚਾਇਆ ਤੇ ਸਿਵਲ ਹਸਪਤਾਲ ਪਹੁੰਚਾ ਦਿੱਤਾ। ਵੀਰੇ ਕੀ ਇਹ ਤਾਂ ਮਾਰਕਟਾਈ ਕਾਹਦੀ ਕੀਤੀ ਇਹਨਾਂ ਨੇ? ਨਾ ਇੱਕ ਮਿੰਟ, ਨਾ ਕੀ ਹੈ ਤੇਰਾ ਪਹਿਲਾਂ? ਗੌਰਵ। ਅੱਛਾ ਗੌਰਵ, ਆਪਣਾ ਮਾਰਕਟ ਕੀਤੀ ਹੈ ਇੱਥੇ ਜਾ ਕੇ ਡੈਰੀਆਂ ਦੇ ਕੋਲ ਤੁਸੀਂ? ਡੈਰੀ? ਹਾਂਜੀ ਭਾਈ, ਮੈਨੇ ਨਾ ਕੋਈ ਲੜਾਈ ਨਹੀਂ ਸੀ ਇਹਨਾਂ ਦੀ ਉਸ ਟਾਈਮ, ਜਿਸ ਬੰਦੇ ਨਾਲ ਸੀਗੇ ਮੈਨੂੰ ਨਹੀਂ ਪਤਾ ਭਾਜੀ ਕਿ ਕੌਣ ਤੱਕ ਸੀਗੇ। ਠੀਕ ਹੈ, ਰੋਡ ਕਹਿੰਦੇ ਮਾਰੀ ਰਾਣ, ਉਹਨਾਂ ਨੇ ਰੋਡ ਕਹਿੰਦੇ ਤੂੰ ਮਾਰੀ ਆ, 3 ਜਣਿਆਂ ਦੇ 3 ਜਣੇ ਫੱਟੜ ਕੀਤੇ ਵਿੱਚ ਭਈਆ ਸਾਹਿਬ ਨਾਲ ਰਜਿੰਦਰ ਚਾਚੇ ਦੀ, ਉਹ ਮੈਂ ਵੀ ਦੱਸ ਦਿੰਦਾ ਤੁਹਾਨੂੰ, ਮੈਨੂੰ ਨੀ ਪਤਾ ਸੀ ਉਹਨੇ ਮੈਨੂੰ ਆਵਾਜ਼ ਮਾਰੀ ਭਾਜੀ ਮੈਂ ਤਾਂ ਆਇਆ ਕਿਵੇਂ ਜਿੱਦਾਂ ਤੁਸੀਂ, ਮੈਂ ਤੁਹਾਡੇ ਕੋਲ ਇੰਨੀ ਦੇਰ ਦਾ ਰਹਿੰਦਾ ਕਦੀ ਮੈਂ ਤੁਹਾਡੇ ਨਾਲ ਪੁੱਛਦੇ ਵੀ ਤੂੰ ਕਰਕੇ ਬੋਲਿਆ, ਤੁਸੀਂ ਸਾਡਾ ਵੇਖੀ ਵੀਰੇ ਇੱਕ ਵਾਰੀ। ਮੇਰਾ ਨਾਂ ਅਸ਼ੋਕ ਕੁਮਾਰ ਆ ਜੀ। ਇਹ ਕਿੱਥੇ ਲੜਾਈ ਹੋਈ ਹੈ? ਇਹ ਲੜਾਈ ਜੀ ਤਾਜਪੁਰ ਰੋਡ 'ਤੇ ਹੋਈ ਸਰ। ਅੱਛਾ ਜੀ, ਅਤੇ ਤੁਹਾਡੇ ਹੁਣ ਸੱਟ ਲੱਗੀ ਆ ਅਤੇ? ਮੇਰੇ ਸੱਟ ਲੱਗੀ ਮਤਲਬ 3 ਟੰਗ ਲੱਗੇ, ਮੈਂ ਗੱਲ ਨਹੀਂ ਕਰ ਸਕਦਾ, ਮੈਨੂੰ ਚੱਕਰ ਆ ਰਹੇ ਆ ਸਿਰ 'ਤੇ, ਮੇਰੇ ਸੱਟ ਲੱਗੀ ਆ। ਮਾਮਲਾ ਕੁਛ ਨਹੀਂ, ਵੈਸੇ ਉਹ ਬੱਚੇ ਸੀਗੇ ਗਲਤ ਕੰਮ ਕਰਦੇ ਸੀਗੇ, ਕੁਰਕਸ ਪੀਂਦੇ ਸੀਗੇ ਜਾਂ ਹੋਰ ਪੀਂਦੇ ਸੀਗੇ ਅਤੇ ਉਹਨਾਂ ਬਾਰੇ ਮੈਂ ਉਹਨੂੰ ਰੋਕਿਆ, ਉਹਨੇ ਉਲਟਾ ਸਾਡੇ 'ਤੇ ਰਾਡਾਂ ਮਾਰੀਆਂ, ਇਹੀ ਗੱਲ ਹੋਈ ਹੈ, ਹੋਰ ਬੋਲੇ ਨਹੀਂ ਸਰ। ਹੁਣ ਮੈਂ ਗੱਲ ਜ਼ਿਆਦਾ ਨਹੀਂ ਕਰ ਸਕਦਾ, ਮੈਨੂੰ ਚੱਕਰ ਜਿਹਾ ਆ ਰਿਹਾ ਇਸ ਕਰਕੇ ਮੈਂ ਸਰ, ਮੈਂ ਫਿਰ ਸਮਝ ਕੇ ਇਹ ਮੰਗ ਰੱਖਦਾ ਵੀ ਇਹ ਬੱਚੇ ਨੂੰ ਮੈਨੂੰ ਸਮਝਾਓ, ਜੇ ਕੋਈ ਬੰਦਾ ਰੋਕਦਾ ਉਹਦੀ ਨੌਲੇਜ ਕਰੋ, ਉਹਨਾਂ ਦਾ ਗੱਲਬਾਤ ਸੁਣੋ ਉਹਦੀ। ਜੇ ਆਪਾਂ ਕਿਸੇ ਨੂੰ ਪਿਆਰ ਦੀ ਗੱਲ ਕਹਿੰਦੇ ਹਾਂ ਅਗਲਾ ਸਾਡੇ ਗੱਲ ਪੈਂਦਾ, ਇਹ ਕੀ ਮਤਲਬ? ਇਹਦਾ ਮਤਲਬ ਕਹਿਣਾ ਛੱਡ ਦਈਏ ਕਿਸੇ ਨੂੰ? ਯਾਰ ਲੱਤ ਫਿਰ ਉਹਦੇ ਵੀ ਲੱਗੀ, ਉਹ ਕੋਈ ਨਹੀਂ, ਉਹਨਾਂ ਨੂੰ ਕਿਹਾ ਜੀ ਆ ਜਿਹੜੀ ਉਹ ਅੱਜ ਕੱਲ੍ਹ ਚੱਲਦਾ ਪਿਆ ਚੜਾ ਦਾ ਨਾ ਪਿਆ ਕਰੋ, ਉਹ ਸੱਟ ਹੀ ਵਾਰ ਕਰਦਾ ਪੂਰਾ ਭੈਣ ਚ ਰਾਡਾਂ ਨਾਲ ਭੈਣ ਚ ਮੰਨ ਲਾ ਆਹ ਕੀ ਚੱਕਰ ਹੋ ਗਿਆ? ਅਸੀਂ ਰਾਤ ਨੂੰ ਵੇ ਅਸੀਂ ਮਨਾ ਕੀਤਾ ਕਿ ਬੱਚੇ ਹੋਈ ਆ ਤੁਸੀਂ ਕੋਈ ਨਹੀਂ, ਜਿਵੇਂ ਇਹਦੇ ਵਿੱਚ ਨਹੀਂ ਆ ਰਿਹਾ ਨਾ, ਅਸੀਂ ਪੈਪੂ ਲਾਉਂਦੇ ਹਾਂ ਕਿਤੇ ਡੈਰੀਆਂ ਆਪਣੀਆਂ ਹੁਣ ਛੱਡੀਆਂ, ਉਹਨੂੰ ਕਿਹਾ ਯਾਰ ਇਹ ਪੀ ਕੇ ਤੂੰ ਵੀ ਖਰਾਰਾ ਪਾਉਂਦੇ ਜ਼ਿਆਦਾ, ਉਹ ਇੱਕ ਨਹੀਂ ਕੀਤੀ ਥਾ, ਪਹਿਲਾਂ ਇਹਦੇ ਮਾਰੀ ਫਿਰ ਇਹਦੇ ਫਿਰ ਮੇਰੇ ਮਗਰ ਭੱਜੇ। ਹਾਂਜੀ ਲੋਹੇ ਦਾ ਰਾੜ ਤਾਂ ਜੋ ਅਸੀਂ ਨਾਲ, ਹਾਂਜੀ